बापू ओ गाण आ रहे ने आ दो गड्डियां गड्डी च आ रहे ने हां फ्रंट थोड़ी जमीन रोड ते आ फ्रंट ते लगन वास्ते सानू थोड़ी जमीन चाहिदी आ साडी जमीन असीं तां बेचणी नहीं पई लणदारा बेचणी तां सानू पैणी ओ आ इह तुसीं इहदी कीमत दसो सानू की लवेंगे ओ नहीं भाई अहीं नहीं बेचणी हैगी इह ਦਸ ਕਿੱਲੇ ਬਣ ਜਾਣਗੇ पैसे लेके देनी जमीन ता दे नहीं फिर सानू लैनी बंदा बन जी बंदा पटवारी साहब थोनू भी कर दांगे माला माल हौली हौली भेद पै जूगा जी ये जमीन सानू मिलनी चाहिए एक हफ्ते साढ़े नौ बोलनी चाहिए हथ तेरा होगा
ਬਿਲਕੁਲ ਤੁਸੀਂ ਨਜਾਇਜ਼ ਕਰ ਰਹੇ ਹੋ ਕੰਮ ਤੇਰੇ ਤੋਂ ਕਰਾ ਦਾਂਗੇ ਬੰਦਾ ਬਣ ਜਾ ਬੰਦਾ ਤੇਰੀ ਇਮਾਨਦਾਰੀ ਸਾਡੇ ਮੋਢਿਆਂ ਤੇ ਟੰਗੀ ਰਹਿੰਦੀ ਆ ਇਹ ਧਮਕੀਆਂ ਦੇਣੀਆਂ ਬੰਦ ਕਰ ਦੋ ਸਰਕਾਰੀ ਅਸੂਲਾਂ ਦੇ ਹਿਸਾਬ ਨਾਲ ਚੱਲੋ ਜੇ ਤਾਂ ਅਸੂਲਾਂ ਤੇ ਚੱਲਣਾ ਤਾਂ ਬਹੁਤ ਦਾ ਅਸੂਲਾਂ ਦੇ ਅਸੀਂ ਚੱਲਣ ਜੋਗਾ ਰਹਿਣਾ ਨਹੀਂ ਨਹੀਂ ਜੀ ਨਹੀਂ ਇਹ ਤੁਸੀਂ ਨਜਾਇਜ਼ ਕਰ ਰਹੇ ਹੋ ਬਹੁਤ ਗਲਤ ਗੱਲ ਹੈ ਉਹ ਕੰਮ ਕਰਨਾ ਜਾਂ ਨਹੀਂ ਕਰਨਾ ਨਹੀਂ ਮੈਂ ਬਿਲਕੁਲ ਨਹੀਂ ਕਰਾਂਗਾ ਇਦਾਂ ਦੇ ਕੰਮ ਕਰਾ ਕੇ ਦਿਖਾਈਏ ਉਹ ਨਾ ਦਿਖਾ ਦੀ ਇਮਾਨਦਾਰੀ ਨਹੀਂ ਨਹੀਂ ਰੁਕੋ ਬਾਈ ਰੁਕੋ ਰੁਕੋ ਬਹਿ ਕੇ ਗੱਲ ਕਰਦੇ ਆਪਾਂ ਤੁਸੀਂ ਤਾਂ ਗਰਮ ਹੋਈ ਜਾਂਦੇ ਹੋ ਯਾਰ ਆਇਆ ਨਾ ਲੈਣ ਤੇ ਹੁਣ ਵੀ ਉਹ ਇੰਤਕਾਲ ਦਰਜ ਕਰਦਾ ਜਾਂ ਸਾਡਾ ਨਾਂ चलो चलिए अपना जो खाना खा पी लो घर की गड्डी चलू जिन्हें पैसे चाहिए ने जिन्हों पैसे चको पर किसी ने पिछे नहीं मुड़ना है चलो जवाक भी पटता हूं मैं तो हम मरना ही पऊ जिंदगी छड़ के जाना पै गया जमीन पिछे महाराज जवाकों की जिंदगी खराब करती
ਰਾਫਲ ਨਾਲ ਮੇਰੇ ਭਾਈ ਦਾ ਕੰਡਾ ਕਰ ਦੋ
ਆਪਣਾ ਨੁਕਸਾਨ ਹੋ ਗਿਆ। ਹੋਰ ਯਾਰ ਬਾਈ ਆਪਾਂ ਨਹੀਂ ਆਉਂਦੇ, ਚੱਲ ਦੇਖ ਫਿਰ ਲੇਬਰ ਦੇਖ ਸੈਲਰ ਦੇ ਅੰਦਰ ਕੰਮ ਕਰਦੀ ਆ। ਆਪਾਂ ਤਾਂ ਬਣ ਗਏ ਕਰੋੜਪਤੀ, ਮੌਤ ਨੂੰ ਦੇਖ ਕੇ ਘਬਰਾ ਗਿਆ। ਤੇਰੇ ਨਾਲ ਦਾ ਕਿੱਥੇ ਓਏ ਬਾਈ? ਉਹ ਤਾਂ ਸੈਲਰ ਦੇ ਵਿੱਚ ਹੈ। ਸੈਲਰ ਕਿਹ ਜਦ ਬਾਪੂ ਉਹਨਾਂ ਨੂੰ ਮਾਰਤਾ ਤੀਜਾ ਬਾਈ, ਮੈਂ ਤਾਂ ਨਾਲ ਚੱਕਦੇ ਬਾਈ ਚੱਕਦੇ ਉਹ ਦਿਨ ਚੜਦੇ ਨੂੰ ਸ਼ਹਿਰ ਖਾਲੀ ਕਰ ਦੋ ਪਿੱਛੋਂ ਅੱਜ ਖਾਲੀ ਜੱਟ ਨੇ ਉਹ ਜਦ ਹੋਏ ਨਾ ਕਚਹਿਰੀਆਂ 'ਚ ਫੈਸਲੇ ਕਚਹਿਰੀ ਆਪੇ ਵਾਰੀ ਜੱਟ ਨੇ ਛੋਟੇ। ਹਾਂ ਬਾਈ, ਮੈਂ ਤਾਂ ਉਹ ਲੱਭਣਾ ਨਹੀਂ। ਹਾਂ ਸਾਰਿਆਂ ਨੇ ਅੱਗੇ ਤੋਂ ਅੱਗੇ ਸ਼ੇਅਰ ਕਰਨੀ ਆ, ਆਪਦੇ ਗਰੁੱਪਾਂ ਚ ਪਾ ਦੋ, ਉਹਦੀ ਅੱਗ ਲਾ ਦੋ ਬਾਬੇ ਬਸ।